ਕੰਗਣੀ ਧੁੰਦ ਦੇ ਕਰਕੇ ਦੇਰ ਰਾਤ ਨੂੰ 12 ਵਜੇ ਦੇ ਕਰੀਬ ਬਟਾਲਾ ਦੇ ਪਿੰਡ ਘਸੀਟਪੁਰਾ ਦੇ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਹੈ, ਜਦੋਂ ਕਿ 20 ਲੋਕ ਜ਼ਖਮੀ ਵੀ ਹੋਏ ਹਨ। ਦਰਅਸਲ ਦੇਰ ਰਾਤ ਨੂੰ ਇੱਕ ਟੂਰਿਸਟ ਬੱਸ ਅੰਮ੍ਰਿਤਸਰ ਤੋਂ ਕਟੜਾ ਵੱਲ ਨੂੰ ਜਾ ਰਹੀ ਸੀ। ਜਿਵੇਂ ਹੀ ਬੱਸ ਪਿੰਡ ਘਸੀਟਪੁਰਾ ਦੇ ਨੇੜੇ ਪਹੁੰਚੀ ਤਾਂ ਧੁੰਦ ਜ਼ਿਆਦਾ ਹੋਣ ਕਰਕੇ ਸੜਕ ਤੇ ਖੜ੍ਹੇ ਇੱਕ ਟਰੱਕ ਵਿੱਚ ਜਾ ਟਕਰਾਈ। ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਅਤੇ ਬੱਸ ਸਵਾਰ ਇੱਕ ਵਿਅਕਤੀ ਦੀ ਮੌਤ ਹੋਈ ਹੈ ਜੋ ਕਿ ਸ੍ਰੀਨਗਰ ਦਾ ਰਹਿਣ ਵਾਲਾ ਸੀ। ਹਾਦਸੇ 'ਚ ਜ਼ਖਮੀ ਹੋਏ ਵਿਅਕਤੀਆਂ ਨੂੰ ਅੰਮ੍ਰਿਤਸਰ ਤੇ ਬਟਾਲਾ ਦੇ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਦੇ ਮੁਤਾਬਕ ਟਾਇਰ ਪੈਂਚਰ ਹੋਣ ਕਰਕੇ ਇੱਕ ਟਰੱਕ ਟਰਾਲਾ ਸੜਕ ਦੇ ਕਿਨਾਰੇ ਖੜ੍ਹਾ ਸੀ ਅਤੇ ਬੱਸ ਉਸ ਦੇ ਵਿੱਚ ਜਾ ਵੱਜੀ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਨਾ ਅਮਨਦੀਪ ਹੈ, ਆਏ ਸੀ ਬੰਬੇ ਤੋਂ, ਹੁਣ ਅਸੀਂ ਆਏ ਸੀ ਅੰਮ੍ਰਿਤਸਰੋਂ। ਠੀਕ ਹੈ ਜੀ, ਕਿਹੜੀ ਬੱਸ ਸਫ਼ਰ ਕਰ ਰਹੀ? ਬੱਸ ਦਾ ਨਾਂ ਪਤਾ ਨਹੀਂ, ਸ਼ੋਰ ਨਹੀਂ ਹੈ, ਪਰ ਉਹ ਟੂਰਿਸਟ ਬੱਸ ਸੀ। ਕਿੱਥੇ ਜਾ ਰਹੇ ਜੀ? ਕਟਰ। ਇਹ ਜਿਹੜਾ ਹਾਦਸਾ ਹੋਇਆ ਕਿੰਨੇ ਕੁ ਵਜੇ ਟਾਈਮ ਸੀ? ਉਹ 12:30 ਵਜੇ। ਕੀ ਕਿੱਦਾਂ ਹਾਦਸਾ ਹੋਇਆ ਤੁਹਾਨੂੰ ਜਾਣਕਾਰੀ ਕੁਛ? ਅੱਗੇ ਨਮਕ ਦਾ ਟਰੱਕ ਸੀ ਅਤੇ ਬੱਸ ਜਿਹੜੀ ਸੀ ਉਹ ਬਹੁਤ ਫਾਸਟ ਸੀ, ਇਸ ਕਰਕੇ ਉਹ ਖਲੋਤਾ ਹੋਇਆ ਸੀ ਟਰੱਕ, ਅਤੇ ਜਾ ਕੇ ਬੱਸ ਨੇ ਪਿੱਛੇ ਠੋਕਤਾ ਇਸ ਕਰਕੇ। ਅੱਛਾ, ਤੁਹਾਨੂੰ ਕੋਈ ਜਾਣਕਾਰੀ ਹੈ ਵੀ ਕਿੰਨੇ ਕੁ ਜਣਿਆਂ ਦੀ ਮੌਤ ਹੋਈ ਹੈ, ਕਿੰਨੇ ਜ਼ਖਮੀ ਹੋਏ ਹੈ? ਇੱਕ ਜਣ ਦੀ ਮੌਤ ਹੋ ਗਈ। ਅੱਛਾ ਜੀ, ਜ਼ਖਮੀ? ਜ਼ਖਮੀ ਤਾਂ 3 ਐਂਬੂਲੈਂਸ ਆਈਆਂ ਸੀ ਅਤੇ ਉਹ ਭਰ ਕੇ ਗਈ। ਅੱਛਾ ਜੀ, ਇੱਥੇ ਕੌਣ ਕੌਣ ਤੁਹਾਡੇ ਰਿਸ਼ਤੇਦਾਰ ਜਾਂ ਤੁਸੀਂ ਇਕੱਲੇ ਹੀ ਹੋ? ਅਸੀਂ, ਮੈਂ ਬੰਬੇ ਤੋਂ, ਮੇਰੇ 3 ਯਾਰ ਆਏ ਜੀ ਅਤੇ ਅਸੀਂ ਸਾਰੇ ਇੱਥੇ ਹੀ ਹਾਂ। ਪੈਰ 'ਚ ਸੱਟ ਲੱਗੀ ਹੈ ਅਤੇ ਬਾਕੀ ਇੱਕ ਦਾ ਥੋੜ੍ਹੀ ਜ਼ਿਆਦਾ ਤਬੀਅਤ ਖਰਾਬ ਹੈ, ਉਹ ਦੂਜੇ ਪਾਸੇ ਰੱਖਿਆ। ਇਸ ਹਾਦਸਾ ਕਿਸ ਵਜ੍ਹਾ ਨਾਲ ਹੋਇਆ, ਜਾਣਕਾਰੀ ਕੋਈ ਤੁਹਾਨੂੰ ਇਹਦੇ ਬਾਰੇ? ਡਰਾਈਵਰ ਕੇਅਰਲੈਸ ਸੀ ਅਤੇ ਦੂਜਾ ਮੇ ਵੀ ਧੁੰਦ ਵੀ ਹੋ ਸਕਦੀ ਹੈ। ਅੱਛਾ ਜੀ, ਇੱਦਾਂ ਜੀ, ਬੱਸ ਟੂਰਿਸਟ ਆ ਜੀ, ਅੰਮ੍ਰਿਤਸਰ ਤੋਂ ਜਾ ਰਹੇ ਸ੍ਰੀਨਗਰ ਸਾਈਡ ਨੂੰ, ਅਤੇ ਇੱਕ ਟਰੱਕ ਉੱਥੇ ਨਾ ਜੀ ਖੜ੍ਹਾ ਸੀ, ਵੱਡਾ ਘੋੜਾ ਜੀ, ਇੱਟਾਂ ਦਾ ਭਰਿਆ ਹੋਇਆ, ਅਤੇ ਉਹ ਗੱਡੀ ਉੱਤੋਂ ਜ਼ਿਆਦਾ ਕਰਕੇ ਜੱਜ ਗਈ, ਜੋ ਕਾਫੀ ਜਿਹੜੇ ਯਾਤਰੀ ਸੀ ਆਪਣੇ ਸਵਾਰੀਆਂ ਸੀ ਉਹਨਾਂ ਦੀ ਸੱਟਾਂ ਲੱਗੀਆਂ ਅਤੇ ਇੱਕ ਬੰਦੇ 'ਚ ਮੌਤ ਹੋ ਗਈ ਜੀ, ਉਹਦਾ ਨਾਮ ਪਤਾ ਲੱਗਾ ਸ਼ਬੀਰ ਅਹਿਮਦ ਹੈ ਜੀ। ਜ਼ਖਮੀ ਤਕਰੀਬਨ ਕਿੰਨੇ ਗਾ ਹੁਣ ਤੱਕ? ਇਹ ਪਤਾ ਲੱਗਾ 5 ਬੰਦੇ ਸੀ ਉੱਥੇ ਗਏ, ਉਹਦੀ ਵੀ ਹਸਪਤਾਲ ਅਤੇ ਕੁਛ ਉਹਦਾ ਹਸਪਤਾਲ ਆ। ਠੀਕ ਹੈ ਜੀ, ਅਤੇ ਕਾਰਨ ਪਤਾ ਲੱਗਾ ਕੀ ਕਾਰਨ ਸੀ? ਕਾਰਨ ਉਹ ਗੱਡੀ ਦਾ ਟਰੱਕ ਜਿਹੜਾ ਘੋੜਾ ਖੜ੍ਹਾ ਸੀ, ਉਹਦਾ ਟਾਇਰ ਪੈਂਚਰ ਸੀ, ਉਹ ਸਾਈਡ 'ਤੇ ਖੜ੍ਹਾ ਸੀ, ਬੱਸ 'ਚ ਅੱਗ ਵੱਜ ਗਈ। ਤੁਹਾਨੂੰ ਲੱਗ ਇਹ ਕਿੰਨੇ ਕੁ ਦਾ ਚਾਂਸ ਜੀ? ਇਹ ਕੋਈ 12:00 ਦੇ ਗੇੜ ਗਏ। ਥੈਂਕ ਯੂ। ਬਟਾਲਾ ਤੋਂ ਸੁਖਬੀਰ ਸਿੰਘ ਦੀ ਰਿਪੋਰਟ, ਪੰਜਾਬ ਟੂਡੇ।